ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਚੋਣਾਂ ਦੇ ਮੱਦੇਨਜ਼ਰ ਚੱਲਦਿਆਂ ਫਲੈਂਕ ਸਕਾਊਟ ਟੀਮ ਵੱਲੋਂ ਸਖਤੀ ਨਾਲ ਕੀਤੀ ਜਾ ਰਹੀ ਚੈਕਿੰਗ। ਇਸ ਸੰਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ GM ਫਰੂਕੀ ਨੇ ਕਿਹਾ ਕਿ ਫਲੈਂਕ ਸਕਾਊਟ ਟੀਮ ਸ਼ਹਿਰ ਅੰਦਰ ਆਉਣ ਵਾਲੇ ਹਰ ਇੱਕ ਵਹੀਕਲ 'ਤੇ ਕੋਈ ਵੀ ਸ਼ੱਕ ਹੁੰਦਾ ਹੈ ਤਾਂ ਉਸਦੀ ਪੂਰੀ ਤਰ੍ਹਾਂ ਤਸੱਲੀ ਨਾਲ ਚੈਕਿੰਗ ਕੀਤੀ ਜਾਂਦੀ ਹੈ ਅਤੇ ਜੇਕਰ ਕਿਸੇ ਕੋਲ ਕੋਈ ਪੈਸਾ ਜਾਂ ਕੋਈ ਮਾਰੂ ਹਥਿਆਰ ਜਾਂ ਫਿਰ ਸ਼ਰਾਬ ਜਾਂ ਕੋਈ ਨਸ਼ੀਲਾ ਪਦਾਰਥ ਬਰਾਮਦ ਕੀਤਾ ਜਾਂਦਾ ਹੈ ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਪੱਟੀ ਤੋਂ ਕਪਿਲ ਗਿੱਲ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਸਰ, ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਜਦੋਂ ਆਪਾਂ ਗੱਡੀ ਤੁਸੀਂ ਚੈਕਿੰਗ ਕਰਦੇ ਹੋ ਗੱਡੀਆਂ ਦੀ ਜੀ, ਅਤੇ ਕਿਸ ਕੋਈ ਚੀਜ਼ ਬਰਾਮਦ ਹੋਈ ਜੀ, ਕਿਸ ਤੋਂ ਪੈਸੇ ਜਾਂ ਕੋਈ ਨਸ਼ੀਲਾ ਪਦਾਰਥ ਜਾਂ ਕੋਈ ਹਥਿਆਰ? ਪਹਿਲੇ ਦਿਨ 4,57,000 ਪਕੜਿਆ ਸੀ ਅਸੀਂ 23 ਮਾਰਚ ਨੂੰ, ਅਤੇ ਉਸ ਤੋਂ ਬਾਅਦ ਕੋਈ ਕੁਛ ਨਹੀਂ ਲੱਭਿਆ, ਨਾ ਤੇਲ ਵਗੈਰਾ ਨਾ ਪੈਸਾ। ਅਤੇ ਹੁਣ ਮਤਲਬ ਕਿਸੇ 'ਤੇ ਜਿੱਦਾਂ ਸ਼ੱਕ ਹੁੰਦਾ ਕਿਸੇ 'ਤੇ, ਉਦਾਂ ਗੱਡੀਆਂ ਦੀ ਚੈਕਿੰਗ ਕਰ ਰਹੇ ਹੋ ਤੁਸੀਂ? ਉਹ ਗੱਡੀਆਂ ਨੂੰ ਅਸੀਂ ਪ੍ਰੋਪਰਲੀ ਚੈੱਕ ਕਰੀਦੇ, ਜਿਹਦੇ ਕੋਈ ਸ਼ੱਕ ਪੈ ਜਾਵੇ। ਠੀਕ ਹੈ ਜੀ। ਹਾਂਜੀ, ਕੀ ਨਾਮ ਸਰ ਤੁਹਾਡਾ? ਏਸੀ ਲਖਵਿੰਦਰ ਸਿੰਘ। ਅਤੇ ਸਰ, ਕਿੰਨੀਆਂ ਗੱਡੀਆਂ ਸਵੇਰ ਤੋਂ ਲੈ ਕੇ ਹੁਣ ਤੱਕ ਚੈੱਕ ਕਰਨੀਆਂ ਜੀ? ਸਵੇਰ ਤੋਂ ਹੁਣ ਤੱਕ 25-30 ਦੇ ਕਰੀਬ ਚੈੱਕ ਕੀਤੀਆਂ। ਅਤੇ ਕਿੱਥੇ ਕਿੱਥੇ ਨਾਕਾ ਲਾ ਕੇ ਜਿਹੜਾ ਗੱਡੀਆਂ ਚੈੱਕ ਕੀਤੀਆਂ ਗਈਆਂ? ਨਾਕਾ ਅਸੀਂ ਲਾਉਂਦੇ ਬਾਹਵੀਂ ਦਾ ਚੌਂਕ ਜੀ, ਕੈਰੋਂ, ਲੌਕਾ ਜੀ, ਪੱਟੀ ਮੋੜ, ਸੰਗਣੀ। ਤੇ ਕੋਈ ਮਾਰੂ ਹਥਿਆਰ ਜਾਂ ਕੋਈ ਪੈਸਾ, ਕੋਈ ਨਸ਼ੀਲਾ ਪਦਾਰਥ ਜੀ ਕੋਈ ਆਇਆ ਜੀ ਹੱਥ 'ਚ ਤੁਹਾਡੀ ਗੱਡੀ ਚੈੱਕ? ਚੈੱਕ ਪ੍ਰੋਪਰ ਕਰੀ। ਠੀਕ ਹੈ, ਜੇ ਕੋਈ ਇਦਾਂ ਦਾ ਆਨਸਰ ਕੋਈ ਆਉਂਦਾ ਆ ਤੇ ਹਾਂ, ਉਹਨੂੰ ਗ੍ਰਿਫਤਾਰ ਕਰਕੇ ਉਹਨੂੰ ਖਿਲਾਫ ਕਾਰਵਾਈ ਕੀਤੀ ਜੀ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।